Subscribe to our YouTube channel News DNN by clicking the bell icon. Don't forget to like, comment and share. You are watching News DNN. For latest national and international news updates, log on to newsdnntv.com. Or download our application News DNN from Google Play Store. ਅਤੇ ਇਸ ਸਕੂਲ ਦੇ ਵਾਈਸ ਚੇਅਰਮੈਨ ਤੌਰ 'ਤੇ ਵਿੱਚ ਹੈਗੇ ਹਾਂ ਅਤੇ ਇਹ ਜਿਹੜੇ ਸਰ ਨੇ ਪੰਜਾਬੀ ਵਾਲੇ ਇਹਨਾਂ ਨੇ ਕਾਫੀ ਸਮੇਂ ਤੋਂ ਸਟਾਫ ਨੂੰ ਵੀ ਅਤੇ ਬੱਚਿਆਂ ਨੂੰ ਵੀ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਦੇ ਕਰਕੇ ਅਤੇ ਹਫ਼ਤੇ ਦੇ ਵਿੱਚ ਦੋ ਤਿੰਨ ਵਾਰ ਸ਼ਰਾਬ ਪੀ ਕੇ ਸਕੂਲ ਦੇ ਵਿੱਚ ਆਉਂਦੇ ਹੀ ਹੁੰਦੇ ਆ ਅਤੇ ਸਾਰੇ ਸਕੂਲ ਨੂੰ ਪਰੇਸ਼ਾਨ ਕਰਦੇ ਇਸ ਚੀਜ਼ ਦਾ ਬੱਚਿਆਂ ਦੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸ਼ਿਕਾਇਤ ਹਾਂਜੀ ਪਹਿਲਾਂ ਵੀ ਆਪਣੇ ਗੁਰਨੋਪੁਰ ਪ੍ਰਿੰਸੀਪਲ ਸਾਹਿਬ ਜਿਹੜੇ ਆ ਉਹਨਾਂ ਤੱਕ ਪਹਿਲੇ ਵੀ ਇਹ ਜਿਹੜੀ ਸ਼ਿਕਾਇਤ ਆ ਪਹੁੰਚੀ ਆ ਅਤੇ ਪਹਿਲਾਂ ਇਹਨਾਂ ਇੱਕ ਦੋ ਵਾਰ ਸਾਡੇ ਕੋਲ ਪਹਿਲਾਂ ਗਲਤੀ ਕੀਤੀ ਇਹਨਾਂ ਨੂੰ ਅਸੀਂ ਇਕੱਠਿਆਂ ਹੋ ਕੇ ਅਤੇ ਕਿਹਾ ਵੀ ਆ ਫਿਰ ਇਹਨਾਂ ਮਾਫ਼ੀ ਵੀ ਮੰਗੀ ਆ ਅਤੇ ਅੱਗੇ ਸ਼ਿਕਾਇਤ ਨਾ ਕਰੋ ਇਸ ਬਾਰੇ ਸਾਡੇ ਸਾਇੰਸ ਦੇ ਟੀਚਰ ਨੇ ਇੱਥੇ ਮੈਡਮ ਉਹਨਾਂ ਦੇ ਨਾਲ ਇਹਨਾਂ ਕਾਫ਼ੀ ਬਦਤਮੀਜ਼ੀ ਕੀਤੀ ਆ ਅਤੇ ਆਪਣੇ ਅਸ਼ੋਕ ਸ਼ਰਮਾ ਜੀ ਜਿਹੜੇ ਆ ਗਏ ਇੰਚਾਰਜ ਆ ਗਏ ਆ ਉਹਨਾਂ ਦੇ ਨਾਲ ਵੀ ਇਹ ਗਲਤ ਬੋਲੇ ਆ ਅਤੇ ਛੁੱਟੀ ਵਾਲੇ ਦਿਨ ਸ਼ਰਾਬ ਪੀ ਕੇ ਸਵੇਰੇ ਸਕੂਲੇ ਆਏ ਆ ਅਤੇ ਇਸ ਚੀਜ਼ ਦਾ ਬੱਚਿਆਂ ਨੂੰ ਵੀ ਬਹੁਤ ਗਲਤ ਬੋਲਦੇ ਆ ਦੂਸਰੇ ਤੀਸਰੇ ਦਿਨ ਇਸ ਤਰ੍ਹਾਂ ਦਾ ਚੱਲਦਾ ਹੀ ਰਹਿੰਦਾ ਅਤੇ ਇਸ ਚੀਜ਼ ਦਾ ਬਹੁਤ ਤਾਕਤ ਅਸੀਂ ਇਹਨਾਂ ਨੂੰ ਇਸ ਸਕੂਲ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਅਤੇ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਸਰਕਾਰ ਅੱਗੇ ਕਿ ਇਹਨਾਂ ਨੂੰ ਸਾਡੇ ਸਕੂਲ ਦੇ ਵਿੱਚੋਂ ਬਦਲੀ ਕੀਤਾ ਜਾਏ ਘਟਨਾ ਸੰਬੰਧੀ ਜੋ ਇੱਥੋਂ ਦੇ ਸਟਾਫ ਦੇ ਹੈਗੇ ਨੇ ਬਿਆਨ ਉਹ ਅਤੇ ਵਿਦਿਆਰਥੀਆਂ ਦੇ ਬਿਆਨ ਮੈਂ ਲੈ ਲਏ ਨੇ ਉਹਨਾਂ ਦੇ ਆਧਾਰ 'ਤੇ ਇਹੀ ਰਿਪੋਰਟ ਜਿਹੜੀ ਹੈਗੀ ਆ DO ਦਫ਼ਤਰ ਮੈਂ ਸਬਮਿਟ ਕਰ ਦੇਣੀ ਹੈ ਅੱਗੇ DO ਦਫ਼ਤਰ ਜੋ ਕਾਰਵਾਈ ਜੋ ਕਰਨਗੇ ਉਹ ਉਹਨਾਂ 'ਤੇ ਡਿਪੈਂਡ ਕਰਦਾ ਵਿਅਕਤੀ ਜਿਹੜਾ ਹੈਗਾ ਉਹ ਗਲਤ ਆ ਸਟਾਫ ਦੇ ਵਿੱਚ ਹਾਂਜੀ ਜਿਹੜਾ ਇੱਥੋਂ ਦਾ ਹੈਗਾ ਕੋਈ ਪੰਜਾਬੀ ਮਾਸਟਰ ਆ ਹਾਂਜੀ ਗੁਰਜੀਤ ਸਿੰਘ ਉਹਦੇ ਸੰਬੰਧੀ ਮੈਨੂੰ ਸ਼ਿਕਾਇਤ ਆਈ ਸੀਗੀ ਮੈਂ ਉਹਦੇ ਸੰਬੰਧੀ ਇਨਕੁਆਇਰੀ ਕਰ ਲਈ ਆ ਮੈਂ ਇਹਦੀ ਰਿਪੋਰਟ ਤਿਆਰ ਕਰਕੇ DO ਦਫ਼ਤਰ ਸਬਮਿਟ ਕਰਨਾ ਹਾਂਜੀ ਅਤੇ ਅਸੀਂ ਸੈਟਰਡੇ ਨੂੰ 1 ਫਰਵਰੀ ਵਾਲੇ ਦਿਨ ਜਿੱਦਾਂ ਸਕੂਲ ਦੇ ਵਿੱਚ ਐਂਟਰ ਕੀਤੇ ਤਾਂ ਸਾਡੇ ਸਕੂਲ ਦੇ ਜਿਹੜੇ ਪੰਜਾਬੀ ਮਾਸਟਰ ਗੁਰਜੀਤ ਸਿੰਘ ਹੈ ਉਹ ਸਾਡੇ ਆਉਣ ਤੋਂ ਪਹਿਲਾਂ ਸਕੂਲ ਵਿੱਚ ਸ਼ਰਾਬ ਪੀ ਕੇ ਦਾਖਲ ਹੋਏ ਸਨ ਉਸ ਦਿਨ ਉਹ ਛੁੱਟੀ 'ਤੇ ਸਨ ਫਿਰ ਵੀ ਸਕੂਲ ਦੇ ਵਿੱਚ ਦਾਖਲ ਹੋਏ ਸ਼ਰਾਬ ਪੀ ਕੇ ਅਤੇ ਜਿੱਦਾਂ ਅਸੀਂ ਸਕੂਲ ਦੇ ਵਿੱਚ ਐਂਟਰ ਕੀਤੇ ਤਾਂ ਉਹਨਾਂ ਨੇ ਆਉਂਦੇ ਆ ਸਭ ਤੋਂ ਪਹਿਲਾਂ ਸਾਡੇ ਸਕੂਲ ਦੇ ਇੰਚਾਰਜ ਅਸ਼ੋਕ ਸਰ ਜੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੂੰ ਕਹਿੰਦੇ ਕਿ ਮੈਂ ਬਣਨਾ ਹੈ ਸਕੂਲ ਦਾ ਇੰਚਾਰਜ ਇੱਥੇ ਮੈਨੂੰ ਬਣਾਓ ਮੈਂ ਕੁਰਸੀ 'ਤੇ ਬੈਠਣਾ ਮੈਨੂੰ ਸਕੂਲ ਦਾ ਇੰਚਾਰਜ ਬਣਾਓ ਉਹਨਾਂ ਤੋਂ ਬਾਅਦ ਉਹਨਾਂ ਨੇ ਮੈਨੂੰ ਬਦਤਮੀਜ਼ੀ ਦੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਾਲਾਂ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਉਹਨਾਂ ਨੇ ਅਤੇ ਗਾਲਾਂ ਕੱਢਦੇ ਉਸ ਦਾ ਪ੍ਰੂਫ ਇੱਕ ਐਜ਼ ਏ ਵੀਡੀਓ ਦੇ ਰੂਪ 'ਚ ਮੈਂ ਬਣਾਇਆ ਵੀ ਆ ਅਤੇ ਮੈਂ ਇੱਕ ਪ੍ਰੈਗਨੈਂਟ ਵੂਮੈਨ ਹਾਂ ਔਰ ਮੇਰਾ 7th ਮੰਥ ਔਫ ਪ੍ਰੈਗਨੈਂਸੀ ਚੱਲਦਾ ਪਿਆ ਹੈ ਔਰ ਵੀਡੀਓ ਦੇ ਵਿੱਚ ਇਹਨਾਂ ਨੇ ਮੈਨੂੰ ਥੱਪੜ ਦਿਖਾਉਣ ਦੀ ਔਰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਹੈ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਥੱਪੜ ਵੀ ਦਿਖਾਇਆ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ 3-4 ਵਾਰ ਗੋਲੀ ਮਾਰਨ ਦੀ ਧਮਕੀ ਦਿੱਤੀ ਉਹ ਵੀਡੀਓ ਦੇ ਵਿੱਚ ਵੀ ਸੁਣਾਈ ਦੇ ਰਿਹਾ ਹੈ ਮੈਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ ਕਿ ਇਹ ਆਪਣੇ ਬੇਟੇ ਦਾ ਰਿਸ਼ਤਾ ਮੇਰੇ ਲਈ ਮੰਗਦੇ ਸੀਗੇ ਪਰ ਅਸੀਂ ਮੇਰੇ ਘਰ ਦੇ ਕਹਿੰਦੇ ਸੀਗੇ ਕਿ ਅਸੀਂ ਜੌਬ ਵਾਲੇ ਮੁੰਡੇ ਨਾਲ ਹੀ ਵਿਆਹ ਕਰਨਾ ਆ ਠੀਕ ਹੈ ਇਸ ਕਰਕੇ ਅਸੀਂ ਮਨ੍ਹਾ ਕਰ ਦਿੱਤਾ ਸੀਗਾ ਅਤੇ ਇਸ ਕਰਕੇ ਇਹਨਾਂ ਨੂੰ ਥੋੜ੍ਹੀ ਪੁਰਾਣੀ ਰੰਜਿਸ਼ ਵੀ ਹੈ ਪਹਿਲਾਂ ਵੀ 1-2 ਵਾਰ ਇਹਨਾਂ ਨੇ ਮੈਨੂੰ ਬੋਲਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਕੋਈ ਗੱਲ ਨਹੀਂ ਕੀਤੀ ਇਹਨਾਂ ਦੇ ਵਿਰੁੱਧ ਪਰ ਸ਼ਨੀਵਾਰ ਨੂੰ ਤਾਂ ਇਹਨਾਂ ਨੇ ਮੇਰੀ ਜਾਤ ਦੇ ਵਿਰੁੱਧ ਵੀ ਤਰਖਾਣੀ ਇੱਦਾਂ ਬੋਲ ਕੇ ਸਾਰਾ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਆ ਸਾਰਾ ਕੁਛ ਇਹਨਾਂ ਨੇ ਮੇਰੇ ਵਿਰੁੱਧ ਬੋਲਿਆ ਆ ਅਤੇ ਮੈਂ ਇਹੀ ਚਾਹੁੰਦੀ ਹਾਂ ਕਿ ਇਹਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੈਨੂੰ ਇਹਨਾਂ ਨੇ ਬਿਲਕੁਲ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ 3-4 ਵਾਰ ਗੋਲੀ ਮਾਰ ਦੂੰ ਇਹ ਗੱਲਾਂ ਸ਼ਬਦ ਇਹਨੇ ਵਿੱਚ ਯੂਜ਼ ਕੀਤੇ ਆ